ਨਹੀਂ ਸਰਦਾਰ ਬਖਤੌਰ ਸਿੰਘ ਸੀਆਈਏ ਸਟਾਫ ਬਠਿੰਡਾ ਦੇ ਬਿਲਕੁਲ ਮੂਹਰੇ ਮੌਜੂਦ ਨੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਸਾਰੇ ਮਾਮਲੇ ਦੇ ਉੱਤੇ ਪੁਲਿਸ ਦਾ ਰੁਖ ਕਿਸ ਤਰ੍ਹਾਂ ਅਖਤਿਆਰ ਹੈ ਕੀ ਮਾਮਲਾ ਨਜ਼ਰ ਆਉਂਦਾ ਕਿਸ ਤਰ੍ਹਾਂ ਦੇ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਸਤਿ ਸ੍ਰੀ ਅਕਾਲ ਜੀ ਜੀ ਢਿੱਲੋਂ ਸਾਹਿਬ ਜਿਹੜੇ ਗੱਡੀ ਦਾ ਐਕਸੀਡੈਂਟ ਹੋਇਆ ਇਹ ਵੀ ਪਤਾ ਚੱਲਿਆ ਕਿ ਜਿਹੜੇ ਕੁਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੇ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਅਕਤੀ ਨੇ ਕੀ ਤੁਹਾਨੂੰ ਮਾਮਲਾ ਨਜ਼ਰ ਆਉਂਦਾ ਜੀ ਜਿਹੜੀਆਂ 10 ਜਿਹੜੀਆਂ ਸਟਿਕਸ ਬਰਾਮਦ ਹੋਈਆਂ ਨੇ ਬਰੂਦੀ ਜਿਹੜੀਆਂ ਸਟਿਕਸ ਸ਼ੱਕੀ ਬਰੂਦੀ ਨੇ ਕੀ ਮਾਮਲਾ ਤੁਹਾਨੂੰ ਨਜ਼ਰ ਆਉਂਦਾ ਜੀ ਡਾਨੀਅਲ ਸਰ ਇਸ ਵੇਲੇ ਸੀਆਈਏ ਸਟਾਫ ਬਠਿੰਡਾ ਦੇ ਵਿੱਚ ਐਸਐਸਪੀ ਬਠਿੰਡਾ ਡੀਆਈਜੀ ਬਠਿੰਡਾ ਆਈਜੀ ਬਠਿੰਡਾ ਤੋਂ ਇਲਾਵਾ ਜੀ ਪੰਜਾਬ ਦੇ ਲਾ ਐਂਡ ਆਰਡਰ ਨਾਲ ਸਬੰਧਿਤ ਏਡੀਜੀਪੀ ਸ੍ਰੀ ਰੋਹਿਤ ਚੌਧਰੀ ਵੀ ਪਹੁੰਚ ਚੁੱਕੇ ਹੈ ਜੀ ਔਰ ਉਹ ਅੰਦਰ ਬੈਠ ਕੇ ਪੁੱਛਗਿੱਛ ਕਰ ਰਹੇ ਹੈ ਭਾਵੇਂ ਪੁਲਿਸ ਅਧਿਕਾਰੀਆਂ ਨੇ ਅਧਿਕਾਰਤ ਤੌਰ ਦੇ ਉੱਤੇ ਕੋਈ ਪ੍ਰੈਸ ਦੇ ਨਾਲ ਗੱਲਬਾਤ ਨਹੀਂ ਕੀਤੀ ਪ੍ਰੈਸ ਨੂੰ ਕੋਈ ਇਨਫਾਰਮੇਸ਼ਨ ਨਹੀਂ ਦਿੱਤੀ ਜੀ ਲੇਕਿਨ ਜੋ ਅੰਦਰਲੇ ਸੂਤਰਾਂ ਤੋਂ ਪੁਲਿਸ ਦੇ ਅੰਦਰ ਜਿਹੜੇ ਹੈਗੇ ਸੀ ਸਟਾਫ ਦੇ ਅੰਦਰ ਤੁਹਾਨੂੰ ਪਤਾ ਪੱਤਰਕਾਰਾਂ ਦੇ ਸੂਤਰ ਹੁੰਦੇ ਬਿਲਕੁਲ ਬਿਲਕੁਲ ਉਹਨਾਂ ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਹੈ ਅਸਲ ਦੇ ਵਿੱਚ ਇਹ ਕੋਈ ਛੜਾ ਨਹੀਂ ਇਹ 10 ਡੈਟੋਨੇਟਰ ਬਰਾਮਦ ਹੋਏ ਹੈ ਅੱਛਾ ਜੀ ਇਹ ਡੈਟੋਨੇਟਰ ਕੀ ਚੀਜ਼ ਹੁੰਦੀ ਹੈ ਡੈਟੋਨੇਟਰ ਇਸ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਆਪਾਂ ਕਾਰਤੂਸ ਹੁੰਦਾ ਨਾ ਕਾਰਤੂਸ ਦੇ ਉੱਤੇ ਇੱਕ ਟੋਪੀ ਲੱਗੀ ਹੁੰਦੀ ਹੈ ਹਾਂਜੀ 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 ਜਿਹਦੇ ਵਿੱਚ ਧਮਾਕਾ ਖੇਜ ਸਮੱਗਰੀ ਹੁੰਦੀ ਹੈ ਅੱਗ ਦੇਣ ਵਾਲੀ ਅੱਗ ਦੇਣ ਜਦੋਂ ਟ੍ਰੈਗਰ ਵੱਜਦਾ ਟੋਪੀ ਦੇ ਉੱਤੇ ਤੇ ਉਹਦੇ ਚੋਂ ਅੱਗ ਨਿਕਲਦੀ ਹੈ ਉਹ ਅੱਗ ਅੱਗੇ ਬਰੂਦ ਨੂੰ ਪੈਂਦੀ ਹੈ ਜੀ ਉਹਦੇ ਨਾਲ ਪਟਾਕਾ ਜਿਹੜਾ ਪੈਂਦਾ ਧਮਾਕਾ ਪੈਂਦਾ ਉਹ ਬੜਾ ਖਤਰਨਾਕ ਹੈ ਜੀ ਜੇ ਆਰਡੀਐਕਸ ਨੂੰ ਆਪਾਂ ਵੈਸੇ ਅੱਗ ਲਾਈਏ ਤਾਂ ਆਰਡੀਐਕਸ ਨੂੰ ਅੱਗ ਲੱਗ ਲੱਗ ਕੇ ਉਹ ਇਕੱਠਾ ਜਿਹਾ ਹੋ ਜੂਗਾ ਜਿਵੇਂ ਮਤਲਬ ਰਬੜ ਇਕੱਠੀ ਹੋ ਜਾਂਦੀ ਹੈ ਹਾਂ ਲੇਕਿਨ ਜੇ ਉਹਦੇ ਵਿੱਚ ਧਮਾਕਾ ਹੋਵੇ ਪਟਾਕਾ ਪਵੇ ਤਾਂ ਉਹ ਬਹੁਤ ਖਤਰਨਾਕ ਰੂਪ ਅਖਤਿਆਰ ਕਰ ਲੈਂਦੇ ਇਹ ਪਤਾ ਇਹ ਲੱਗਿਆ ਵੀ ਜਿਹੜੇ ਇਹ 10 ਡੈਟੋਨੇਟਰ ਬਰਾਮਦ ਹੋਏ ਹੈ ਇਹ ਦਸੇ ਡੈਟੋਨੇਟਰ ਜਿਹੜੇ ਬਿਲਕੁਲ ਪੈਨਸਲ ਟਾਈਪ ਦੇ ਹੁੰਦੇ ਆ ਨਾ ਆਪਣੇ ਸੈੱਲ ਹੁੰਦੇ ਉਹਨਾਂ ਸੈੱਲਾਂ ਨੂੰ ਖਾਲੀ ਕਰਕੇ ਉਹਨਾਂ ਦੇ ਵਿੱਚ ਮਤਲਬ ਬਰੂਦ ਵਗੈਰਾ ਜੋ ਵੀ ਮਟੀਰੀਅਲ ਸੀ ਉਹ ਭਰਿਆ ਹੋਇਆ ਸੀ ਔਰ ਜਿਹੜੀ ਤਾਰ ਇਸਤੇਮਾਲ ਕੀਤੀ ਇਹਦੇ ਵਾਸਤੇ ਜਿਹਨੂੰ ਵੈਰ ਕਹਿ ਦਿੰਦੇ ਆ ਉਹ ਵੈਰ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਨੀਗੀ ਅੱਛਾ ਜੀ ਉਹ ਜਾਂ ਤਾਂ ਆਰਮੀ ਕੋਲੇ ਹੈ ਜਾਂ ਜਿਹੜੀਆਂ ਕੌਮਾਂਤਰੀ ਦਹਿਸ਼ਤਗਰਦ ਜਥੇਬੰਦੀਆਂ ਉਹਨਾਂ ਕੋਲੇ ਹੈ ਜਾਂ ਉਹਨਾਂ ਥਾਵਾਂ ਤੇ ਹੈ ਜਿੱਥੇ ਪਹਾੜਾਂ ਨੂੰ ਬਹੁਤ ਉੱਚੇ ਉੱਚੇ ਪਰਬਤਾਂ ਨੂੰ ਡਾਇਨਾਮਾਈਟ ਲਾ ਕੇ ਉਡਾਇਆ ਜਾਂਦਾ ਜੀ ਇਸ ਵਾਸਤੇ ਇਸ ਚੀਜ਼ ਨੂੰ ਅਸੀਂ ਕੋਈ ਸਧਾਰਨ ਨਹੀਂ ਸਮਝ ਸਕਦੇ ਬਹੁਤ ਵੱਡੀ ਮਤਲਬ ਕੋਈ ਪਲੈਨਿੰਗ ਸੀ ਬਹੁਤ ਵੱਡੀ ਸਾਜਿਸ਼ ਸੀ ਕੱਲ ਸੁਤੰਤਰਤਾ ਦਿਵਸ ਦੇ ਮੌਕੇ ਤੇ ਇਹ ਜਿਹੜਾ ਇਹ ਖੇਤਰ ਆ ਸਾਡਾ ਜਿਹਨੂੰ ਅਸੀਂ ਪੰਜਾਬ ਦੀ ਪੋਲੀਟੀਕਲ ਰਾਜਧਾਨੀ ਕਹਿ ਦਿੰਦੇ ਹਾਂ ਬਠਿੰਡੇ ਆਲਾ ਦੁਆਰਾ ਇਸ ਇਲਾਕੇ ਦੇ ਵਿੱਚ ਕਿਤੇ ਕੋਈ ਬਹੁਤ ਵੱਡਾ ਧਮਾਕਾ ਕੀਤਾ ਜਾ ਸਕਦਾ ਸੀ ਅਗਲੀ ਗੱਲ ਜਿਹੜੀ ਖਤਰਨਾਕ ਪਰਤਾਂ ਖੁੱਲ ਕੇ ਆ ਰਹੀਆਂ ਕਿ ਜਿਸ ਵੇਲੇ ਰਾਹ ਤੇ ਹਾਦਸਾ ਹੋਇਆ ਹਾਂਜੀ ਉਹ ਹਾਦਸੇ ਵੇਲੇ ਜਿਹੜੇ ਦੋਨੇ ਭਰਾ ਸੀ ਕੁਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਉਹਨਾਂ ਨੇ ਆਪਦਾ ਵੈਪਨ ਕੱਢਿਆ ਪਹਿਲਾਂ ਅੱਛਾ ਜੀ ਪਿਸਟਲ ਕੱਢ ਕੇ ਲੋਕਾਂ ਨੂੰ ਡਰਾਇਆ ਵੀ ਇਹ ਗੱਡੀ ਦੇ ਕੋਈ ਨੇੜੇ ਨਾ ਆਵੇ ਅੱਛਾ ਜੀ ਇਨ ਦੀ ਮੀਨ ਟਾਈਮ ਇੱਕ ਮੁਲਾਜ਼ਮ ਥਰਮਲ ਪਲਾਂਟ ਦਾ ਜਦੋਂ ਆਇਆ ਤੇ ਉਹਨੂੰ ਉਹਨਾਂ ਨੇ ਬੇਨਤੀ ਕੀਤੀ ਵੀ ਸਾਨੂੰ ਕੋਈ ਟੈਕਸੀ ਕਰਾ ਕੇ ਦਿਓ ਅਸੀਂ ਇੱਥੋਂ ਆਪਣੇ ਪਿੰਡ ਜਾਣੇ ਜੀ ਉਹ ਥਰਮਲ ਪਲਾਂਟ ਦੇ ਮੁਲਾਜ਼ਮ ਨੇ ਰਾਮਪੁਰੇ ਫੋਨ ਕਰਕੇ ਇੱਕ ਟੈਕਸੀ ਵਾਲੇ ਨੂੰ ਬੁਲਾਇਆ ਟੈਕਸੀ ਵਾਲੇ ਨੇ 2000 ਰੁਪਏ ਮੰਗੇ ਉਹਨਾਂ ਨੇ ਬਿਨਾ ਕੋਈ ਮਤਲਬ ਹੀਲ ਹੁਜਿਤ ਕੀਤਾ 2000 ਰੁਪਏ ਉਹਨੂੰ ਫੜਾਇਆ ਤੇ ਕਹਿੰਦੇ ਵੀ ਸਾਨੂੰ ਛੱਡਿਆ ਤੂੰ ਬਠਿੰਡੇ ਆ ਕੇ ਉਹ ਬੰਦੇ ਸਰਕਟ ਹਾਊਸ ਠਹਿਰੇ ਅੱਛਾ ਜੀ ਹੁਣ ਸਰਕਟ ਹਾਊਸ ਆਮ ਬੰਦਾ ਨਹੀਂ ਠਹਿਰ ਸਕਦਾ ਸਰਕਟ ਹਾਊਸ ਉਹੀ ਲੋਕ ਠਹਿਰ ਸਕਦੇ ਆ ਜਿਹੜੇ ਸਰਕਾਰ ਦੇ ਨਾਲ ਵੈਲ ਕੁਨੈਕਟਡ ਹੁੰਦੇ ਜੀ ਜਿਨ੍ਹਾਂ ਦੀਆਂ ਜੜਾਂ ਬਹੁਤ ਡੂੰਘੀਆਂ ਹੁੰਦੀਆਂ ਸਰਕਾਰੀ ਦਰਬਾਰੇ ਐਵੇਂ ਤਾਂ ਸਰਕਟ ਹਾਊਸ ਦੇ ਵਿੱਚ ਕੋਈ ਅਸੀਂ ਅਧਿਕਾਰਤ ਪੱਤਰਕਾਰ ਆ ਐਕਰੀਡੇਟਡ ਪੱਤਰਕਾਰ ਆ ਸਾਨੂੰ ਸਰਕਟ ਹਾਊਸ ਦੇ ਵਿੱਚ ਕਿਤੇ ਨੀ ਵੜਨ ਦਿੰਦੇ ਹਾਂਜੀ ਉਹ ਬੰਦੇ ਦੋਨੇ ਸਰਕਟ ਹਾਊਸ ਠਹਿਰੇ ਆ ਮੇਰੀ ਜਿਹੜੀ ਇਨਫਾਰਮੇਸ਼ਨ ਇਹ ਹੈ ਹੁਣ ਤੱਕ ਦੀ ਜੋ ਤਫਤੀਸ਼ ਲੱਗੀ ਹੈ ਵੀ ਮਾਮਲਾ ਭਾਵੇਂ ਬਹੁਤ ਗੰਭੀਰ ਹੈ ਪੁਲਿਸ ਬੰਦੇ ਬੜੀ ਗੰਭੀਰਤਾ ਨਾਲ ਲਿਆ ਏ ਡੀ ਜੀ ਪੀ ਲਾ ਐਂਡ ਆਰਡਰ ਦਾ ਬਠਿੰਡੇ ਆਉਣਾ ਇਹ ਕੋਈ ਛੋਟੀ ਮੋਟੀ ਗੱਲ ਨੀ ਪਰ ਨਾਲ ਦੂਜੀ ਇਨਫਾਰਮੇਸ਼ਨ ਵੀ ਆ ਰਹੀ ਹੈ ਵੀ ਉਪਰੋਂ ਇਹ ਹਦਾਇਤਾਂ ਵੀ ਹੋ ਗਈਆਂ ਕਿ ਇਸ ਮਾਮਲੇ ਨੂੰ ਮਤਲਬ ਜਿਹੜਾ ਹੈਗਾ ਜਿੰਨਾ ਇਹਨੂੰ ਤੁਸੀਂ ਦਬਾ ਸਕਦੇ ਹੋ ਨਾ ਦਬਾਇਆ ਜਾਵੇ ਤਾਂ ਕਿ ਇਹਦੇ ਨਾਲ ਸਰਕਾਰ ਦੀ ਬਦਨਾਮੀ ਨਾ ਹੋਵੇ ਸੁਤੰਤਰਤਾ ਦਿਵਸ ਦੇ ਮੌਕੇ ਕੱਲ ਨੂੰ ਕਿਸੇ ਕਿਸਮ ਦਾ ਪੈਨਿਕ ਕ੍ਰੀਏਟ ਨਾ ਹੋਵੇ ਇਹ ਤੋਂ ਨਾਲ ਦੂਜੀ ਇਹਦੇ ਦਾ ਪੋਲੀਟੀਕਲ ਪੱਖ ਹੈ ਦਾਨੀਅਲ ਸਾਹਿਬ ਮੈਂ ਉਹ ਸਮਝਦਾ ਪੋਲੀਟੀਕਲ ਪੱਖ ਇਹ ਵੀ ਹੋ ਸਕਦਾ ਕਿ ਅਗਰ ਇਹ ਮਾਮਲਾ ਹਾਈਲਾਈਟ ਹੁੰਦਾ ਤੇ ਇਹਦੇ ਨਾਲ ਦੀਨਾਨਗਰ ਤੋਂ ਬਾਅਦ ਪੰਜਾਬ ਦੀ ਜਿਹੜੀ ਬਾਦਲ ਸਰਕਾਰ ਹੈ ਬਾਦਲ ਸਰਕਾਰ ਦੇ ਤੇ ਬਹੁਤ ਵੱਡੀ ਮੁਸੀਬਤ ਆ ਸਕਦੀ ਹੈ ਕਿਉਂਕਿ ਕੇਂਦਰ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਪਹਿਲਾਂ ਹੀ ਇਲਜ਼ਾਮ ਲਾ ਰਹੀਆਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਕੂਮਤ ਨੂੰ ਹੋਰ ਲੰਬਾ ਕਰਨ ਵਾਸਤੇ
जिन्हें पंथक एजेंडा अडोप्ट किया है जी। वो पंथक एजेंडा पंजाब दे लैंड आर्डर वास्ते पंजाब दी अमन शांति वास्ते बहुत खतरनाक हो सकता है जी। अगर ये गल पूरी तरह हाईलाइट हो जाती है तो डेफिनेटली एदा सेंटर सरकार ने भी नोटिस लेने जी। और जिन्हें कि आप सारे जान रहे हैं कि नरेंद्र मोदी के नाल अकाली दल के संबंध उन्ने सुखावे नहीं जिन्हें वाजपेयी होना नाल जां अडवाणी नाल हुंदे सी जी। वैसे भी नरेंद्र मोदी और राजनाथ सिंह की यह टीम हैगी, ये टीम टेररिज्म प्रति दहशतगर्दी कार्रवाइया प्रति कंपेरेटिवली ज्यादा सख्त है। यदि सीधी सीधी पदरी जी है मिसाल अपने सामने जी है मिस्टर याकूब मेमन दी गई फांसी है जी। उस फांसी नू इम्पलीमेंट कराने राष्ट्रपति भवन के रात वे राजनाथ सिंह होरां दा जाना जी। और राजनाथ सिंह ने जाके रात वे राष्ट्रपति नू कन्विंस किया कि तुसी भी जी है रहम की अपील इन चेत रद्द करो। हाँ जी, हाँ जी। रद्द करवाएगी। ये तो लगता भी इन्होंने मामलों नू सेंटर की सरकार बहुत गंभीरता नाल लैंदी है और ये मामला बादल सरकार वास्ते बहुत ही गले की हड्डी बन सकता है। यही कारण है कि पुलिस अफसर जो है हुण तक मीडिया नू मिल नहीं रहे। मीडिया सारा लगभग सारा ही जो है छोटा पछाई तो लेके नेशनल मीडिया तक सारे बार खड़े है। बार बार असि स्नेह भेज रहे हैं लेकिन अफसर जो है पत्रकार फोन भी कर रहे है तो सीनियर अधिकारी फोन वारी वारी कट्टी जाते हैं। तो लगता भी मामले नू दबाउण दी कोशिश हो रही है। पर ढिल्लों साहब एक चीज दसो कि जिवें आपां नू पता चले कि दोवें भरा जिहड़े कुलविंदर सिंह लखविंदर सिंह जिवें तुसीं बहुत अहम खबर दिती है कि यह सर्किट हाउस जिहड़ा सरकारी रेस्ट हाउस हुंदा उहदे विच रुके। उन्होंने यह भी गल कही कि असीं सीएम हाउस तो आए हां, जो मैं तुहाडे नाल गल सांझी कर रहा। उन्होंने यह भी कहा कि असीं एसएसपी नू फोन किया कि साडी गड्डी हादसा ग्रस्त हो गई है। सो किते ना किते इहदियां जिहड़ियां जड़ा ने जां इहदे जिहड़े कनैक्शन ने, क्योंकि यह दोवें भरा सत्ताधारी श्रोमणी अकाली दल नाल संबंधित दसे जा रहे ने, किधर नूं जा सकदी है सारी गल जी। बिल्कुल जिहड़ी तुसीं गल कह रहे हो यह दुरुस्त है। उन्होंने यह गल कही है पुलिस की तफ्तीश के विच भी जो अंदरों गल आई उहदे विच गल सामने आ गई। उन्होंने कहा कि असीं सीएम हाउस के विच जाके आए जी। वह यह भी कहिंदे आ वी साडा मच्छी का कारोबार है, मच्छी के कारोबार के संबंध में उन्होंने कोई अपना काम करवाना सीएम साहब को उत्थों आए। और जिथों तक मतलब जिहड़ा हैगा मेरी नहीं अपनी गल हुई, जिहड़े कुछ पत्रकार उस बार खड़े गल्लां करदे सी ते उन्होंने एसएसपी साहब नूं भी साडे बठिंडे वाले एसएसपी साहब नूं भी फोन किया कि श्रीमान जी साडा एक्सीडेंट हो गया, साडी गड्डी दी राखी वास्ते दो पुलिस मुलाजम भेज दिते हैं। यह पता लगे भी एसएसपी साहब भी किसी पत्रकार नाल गलबात हुई और उन्होंने मने भी हां मेरे को फोन आया सी। और यह जी सब तो वड्डी है कि मेरा ख्याल है शायद क्योंकि 15 अगस्त करके पुलिस अफसर भी मिले हुए सी, मामला शायद उन्हां रोशनी च ना आउंदा। ये जिहड़ा थर्मल प्लांट का चीफ सिक्योरिटी अफसर है कर्नल जी मिस्टर राय, कर्नल राय की चौकसी ने मतलब जो है यह सारा मामला हाईलाइट करता, क्योंकि सारे की सारी जी कार्रवाई जी है ना जिसे स्पीड अप हुई है एक बजे तो बाद हुई है। बिल्कुल जी। रात 9:30 बजे का हादसा होया और 1 बजे तक एदा नोट्स ना लिया जाना, अपने आप के भी मामला बड़ा गंभीर है। और मैंने इतने लगती है भी हो सकता भी जे पोलीटिकल कनैक्शन है जी, जी, पोलीटिकल कनैक्शन करके, क्योंकि अजकल जो पंजाब की हालत है पंजाब पुलिस अधिकारियों की हालत ही बनी हुई है, उन्होंने बेचारे के पले कख नहीं है। सारे दिन सारिया पावर जिहड़ियां हैगियां जत्थेदारां दे हवाले कीतियां होईयां जी। किसे एसएसपी दी इस वेले पंजाब दे विच इह जरूरत नहीं कि वह अपनी मर्जी का थानेदार था कि वह मुंशी भी थानेदारी ला सकदा, वह भी उपरों पोलिटिकल लगदी है। इस करके जिहड़े पुलिस अफसर इस वेले हताश है, पुलिस अफसरां दे मतलब बस यह भी उन्होंने स्टार लगे हुए है ते झंडियां वालियां गड्डियां उन्होंने कोले, हथ पले किसी के कख नहीं है। सारे सारी जी पावर है पोलिटिकल जी है जत्थेदारा को है। और हो सकता है जिम्मे तुम कह रहे हो जत्थेदारा ने आपका योगदान पाया हो जी। सो ढिल्लों साहब जेकर आप गल ज्यादा समा नहीं लेंदा क्योंकि समा काफी कीमती है, सो कुल मिला के असीं तुहानूं इह वी कहिंदे आ कि तुसीं तुहाडे तों असीं फेर जिहड़ी अपडेट लैण दी कोशिश करांगे प्रोग्राम बारे कोई होर फीडबैक आउंदी है। धन्नवाद तुहाडा बहुत बहुत जी, मेहरबानी। थैंक यू। जी सरदार बखतौर सिंह ढिल्लोंहरी जो फोन लाइन के उत्ते अपने नाल जुड़े सन। मामला काफी शक्की, जिस तरह नाल मेरे कोले भी ए इन्फॉर्मेशन नहीं सीगी कि यह व्यक्ति रात कित्थे रुके। सो कोशिश करदे जी कर्नल राय होरां दे नाल भी आपां गलबात करांगे कि उन्हां नूं जिहड़ा सारा मामला किस तरह पता चलिया। सो इस दे लई तुसीं जुड़े रहो रेडियो पंजाब टुडे दे नाल ते प्रोग्राम चल रहा जी इस वक्त शमादान ते मैं स्वर्ण सिंह दानेवालिया तुहाडे नाल जुड़े हां। कर्नल सुखचैन सिंह राय होरी इस वक्त जिन्हां ने एड्डी वड्डी जिहड़ी आपां कह सकदे हां कि अपनी ड्यूटी जिहड़ी है देश प्रति संभालदे होए एडे वड्डे मामले नूं सामने लैंदा। कर्नल राय तुहाडा बहुत बहुत स्वागत जी रेडियो पंजाब टुडे दे विच। हैलो
कर्नल राय साहब तुहानू किस तरह पता चलिया कि इस गड्डी दे विच कोई शक्की वस्तु है किस किन्ने वजे दा समा सी ते जिहड़ा है तुसी किवें इस मामले नू जिहड़ा अग्गे लैंदा जी एक्चुअली सर आई बीइंग द चीफ सिक्योरिटी अफसर ऑफ द थर्मल प्लांट जी साडा काम हैगा सिक्योरिटी दा जी ते असी मतलब के पूरी रात मतलब के पेट्रोलिंग करदे रहने आ जी टाइमिंग आर चेंज जी दिस मॉर्निंग आज सवेरे एट अबाउट 4:30 इन द मॉर्निंग जी मैं ड्यूटी चेक करन जा रहा सीगा जी मैं नंबर वन गेट हैगा साडा कॉलोनी गेट उथो मैं एक सेंट्री बिठाया जी ते जदो प्लांट गेट ते कली जा रहे सीगे जी एट दैट आई फाउंड अ व्हीकल विच वाज टोटली अपसाइड डाउन जी नाउ आई थॉट प्रॉब्ली दिस व्हीकल हैज ऑब्वियसली दैट व्हीकल हैड मेड एन एक्सीडेंट जी So, in good faith, being a human being, I went to that vehicle, I checked the vehicle, and I found two airbags totally blown out, and I found something which was totally suspicious in nature. Being from the army, I thought ke, something is wrong in this vehicle. I had three suspicions. Firstly, this suspicious equipment which was found. Secondly, the rear the dicky door that was totally smashed so probably something must have been removed from there thirdly the number plates were not there on the vehicle so in good faith I informed the police authorities and the concerned agencies I rang up the SSP I rang up the SP and very promptly people came very nice of Punjab police they came and they took over the investigations and after that there was a sniffer dog who also confirmed there was something wrong with the vehicle as far as the thing was concerned and the bomb squad had also come from Bathinda and they took over the complete thing and I was only guiding them in the sense ke what had transpired early in the morning ਕਰਨਲ ਸਾਹਿਬ ਜਿਹੜੀ ਸਪੀਸ਼ੀਅਸ ਥਿੰਗ ਸੀਗੀਆਂ ਜਿਹੜੀਆਂ ਸ਼ੱਕੀ ਸੀਗੀਆਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਕਿਸ ਤਰ੍ਹਾਂ ਲੱਗ ਰਿਹਾ ਸੀਗਾ ਵਟ ਕੁਡ ਬੀ ਇਟ ਬੀ ਸਰ ਐਸਾ ਕਮੈਂਟ ਔਨ ਐਨੀਥਿੰਗ ਬਿਕੋਜ਼ ਆਈ ਐਮ ਨਾਟ ਐਨ ਐਕਸਪਰਟ ਇਨ ਆਲ ਦਿਸ ਥਿੰਗਸ ਦੋ ਵਟ ਐਵਰ ਲਿਟਲ ਨੋਲੇਜ ਐਟ ਦਿਸ ਫਸਟ ਲੈਵਲ ਫਾਰ ਵਟ ਐਵਰ ਫਾਊਂਡ ਆਈ ਕੈਨ ਨਾਟ ਕਮੈਂਟ ਔਨ ਦੈਟ ਬਟ ਫੈਕਟ ਮੀਨਸ ਕਿ ਸਿੰਸ ਆਈ ਫਾਊਂਡ ਇਟ ਟੂ ਬੀ ਸਸਪੀਸ਼ੀਅਸ ਹੈਵਿੰਗ ਸਰਵਡ ਇਨ ਦਿਸ ਪ੍ਰੈਸਟੀਜੀਅਸ ਆਰਮੀ ਆਰਗੇਨਾਈਜੇਸ਼ਨ ਫਾਰ ਦੀ ਲਾਸਟ 27 ਹਾਫ ਈਅਰਸ So I thought ke kuch gadbad hai so that was the reason ji thank you very much karnal sahab bahut meherbani ji tusi sanu information ditti thank you very much ji you most welcome sir ji. you most welcome eh san ji karnal sukhchand singh rai chief security officer ਲਹਿਰਾ ਮੁਹੱਬਤ ਥਰਮਲ ਪਾਵਰ ਸਟੇਸ਼ਨ ਜੀ ਸੋ ਕਾਰ ਨੂੰ ਪਿੰਡ ਰੱਤਾ ਖੇੜਾ ਲੰਬੀ ਹਲਕਾ ਜੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਹਲਕਾ ਜੀ ਉਸ ਪਿੰਡ ਦਾ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਚਲਾ ਰਿਹਾ ਸੀ ਨਾਲ ਲਖਵਿੰਦਰ ਸਿੰਘ ਸਨ ਉਸਦਾ ਭਾਈ ਤੇ ਇਹ ਕਾਰ ਉਥੋਂ ਛੱਡ ਕੇ ਚਲੇ ਗਏ ਤੇ ਆ ਕੇ ਜੀ ਇਹ ਬਠਿੰਡਾ ਦੇ ਸਰਕਟ ਹਾਊਸ ਦੇ ਵਿਚ ਰੁਕੇ ਜੋ ਸਰਕਾਰੀ ਗੈਸਟ ਹਾਊਸ ਹੈ ਜੀ ਇੱਥੇ ਕੋਈ ਵੀ ਆਮ ਵਿਅਕਤੀ ਨਹੀਂ ਰੁਕ ਸਕਦਾ ਇੱਥੇ ਉਹੀ ਵਿਅਕਤੀ ਰੁਕ ਸਕਦਾ ਜਿਸ ਦੀ ਜਾਂ ਤਾਂ ਉਹ ਸਰਕਾਰੀ ਅਫਸਰ ਹੋਵੇ ਜਾਂ ਉਹ ਮਾਨਤਾ ਪ੍ਰਾਪਤ ਪੱਤਰਕਾਰ ਹੋਵੇ ਜਾਂ ਫਿਰ ਹਿਸਾਬ ਲਾ ਲਓ ਜਿਸ ਢੰਗ ਦੇ ਨਾਲ ਇਹ ਰੁਕੇ ਨੇ ਜਿਨ੍ਹਾਂ ਨੂੰ ਵੱਡੀ ਸਰਪ੍ਰਸਤੀ ਹੈ ਜੀ ਸੋ ਸਵੇਰੇ ਇਨ੍ਹਾਂ ਦੀ ਗੱਡੀ ਦੇ ਵਿਚੋਂ 10 ਡੈਟੋਨੇਟਰ ਬਰਾਮਦ ਹੋਏ ਨੇ ਜੀ ਗੱਡੀ ਪਲਟੀ ਦੇ ਵਿਚ 10 ਡੈਟੋਨੇਟਰ ਨਿਕਲ ਗਏ ਨੇ ਹੁਣ ਇਨ੍ਹਾਂ ਵਿਅਕਤੀਆਂ ਨੇ ਰਾਤ ਪਿਸਤੌਲ ਲਹਿਰਾਏ ਨੇ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਸਾਡੀ ਗੱਡੀ ਦੇ ਨੇੜੇ ਕੋਈ ਨਾ ਆਵੇ ਜ਼ਖਮੀ ਹਾਲਾਤ ਦੇ ਵਿਚ ਵੀ ਇਨ੍ਹਾਂ ਨੇ ਇਹ ਗੱਲ ਕਹੀ ਹੈ ਨੱਕ ਮੂੰਹ ਇਨ੍ਹਾਂ ਦੇ ਫੁੱਟੇ ਹੋਏ ਸਨ ਹੁਣ ਜਿਹੜਾ ਡਿੱਗੀ ਪਿੱਛੋਂ ਖੁੱਲੀ ਨੀ ਪਲਟੀ ਹੋਈ ਗੱਡੀ ਦੀ ਸ਼ੀਸ਼ਾ ਭੰਨ ਕੇ ਸਮਾਨ ਕੱਢਿਆ ਗਿਆ ਤੇ ਇਹ ਕੀ ਸਮਾਨ ਸੀਗਾ ਇਸ ਸਾਰੇ ਮਾਮਲੇ ਦੇ ਉੱਤੇ ਜਿਹੜਾ ਕਹਿ ਸਕਦੇ ਕਿ ਬਠਿੰਡਾ ਦੇ CIA ਸਟਾਫ ਦੇ ਵਿਚ ਭਾਰਤ ਦੀਆਂ ਬੜੀਆਂ ਅਹਿਮ ਖੁਫੀਆ ਏਜੰਸੀਆਂ ਇੰਟੈਲੀਜੈਂਸ ਬਿਊਰੋ ਰਾ ਮਿਲਟਰੀ ਇੰਟੈਲੀਜੈਂਸ ਤੋਂ ਇਲਾਵਾ ਪੰਜਾਬ ਦੇ ADGP ਸੁਰੱਖਿਆ ਅਤੇ ਜਿਹੜੇ ਨੇ ਰੋਹਿਤ ਚੌਧਰੀ ਹੋਰੀ ਵੀ ਇੱਥੇ ਪਹੁੰਚੇ ਹੋਏ ਨੇ ਇਸ ਦੇ ਨਾਲ ਬਠਿੰਡਾ ਫਿਰੋਜ਼ਪੁਰ ਤੇ ਮੁਕਤਸਰ ਤੋਂ ਵੀ ਜਿਹੜੇ ਪੁਲਿਸ ਇੱਥੇ ਪਹੁੰਚੀ ਹੋਈ ਹੈ ਦੋਨਾਂ ਵਿਅਕਤੀਆਂ ਦੀ ਪਤਾ ਚੱਲਿਆ ਪੁੱਛ ਪੜਤਾਲ ਚੱਲ ਰਹੀ ਹੈ ਪਰ ਇੰਨੀ ਗੱਲ ਸਪਸ਼ਟ ਹੋ ਗਈ ਹੈ ਕਿ ਇਹ ਦਸੇ ਦੇ ਦਸੇ ਡੈਟੋਨੇਟਰ ਸਨ ਜੋ ਕਿਸੇ ਵੀ ਧਮਾਕਾ ਕਰਨ ਦੇ ਵਿਚ ਸਹਿਯੋਗ ਦਿੰਦੇ ਨੇ ਉਸ ਨੂੰ ਇਗਨੀਟ ਕਰਦੇ ਨੇ ਉਸ ਨੂੰ ਧਮਾਕਾ ਕਰਨ ਦੇ ਵਿਚ ਸਹਾਇਤਾ ਦਿੰਦੇ ਨੇ ਇਨ੍ਹਾਂ ਡੈਟੋਨੇਟਰ ਦੇ ਨਾਲ ਜਿਹੜੀ ਤਾਰ ਮਿਲੀ ਹੈ ਉਹ ਤਾਰ ਜਾਂ ਤਾਂ ਫੌਜ ਕੋਲੇ ਹੁੰਦੀ ਹੈ ਜੀ ਜਾਂ ਫਿਰ ਇਹ ਤਾਰ ਜਿਹੜੀ ਹੈ ਜੀ ਉਨ੍ਹਾਂ ਅੱਤਵਾਦੀ ਸੰਗਠਨਾਂ ਕੋਲੇ ਹੈਗੀ ਹੈ ਜਿਹੜੀਆਂ ਅੱਜਕੱਲ੍ਹ
ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਐਕਟਿਵ ਨੇ ਵੱਡੇ ਵੱਡੇ ਧਮਾਕੇ ਕਰਾ ਰਹੀਆਂ ਨੇ। ਸੋ ਪੁਲਿਸ ਬੜਾ ਅਹਿਮ ਮਸਲਾ ਬਠਿੰਡੇ ਦੇ ਵਿੱਚ 15 ਅਗਸਤ ਤੋਂ ਪਹਿਲਾਂ ਜਿਹੜਾ ਹੈ ਉਹ ਸਾਹਮਣੇ ਆਇਆ। ਪੁਲਿਸ ਨੇ ਹਜੇ ਮੂੰਹ ਬੰਦ ਕੀਤਾ ਹੋਇਆ, ਬਿਲਕੁਲ ਪੁਲਿਸ ਕਿਸੇ ਪ੍ਰਕਾਰ ਦੀ ਵੀ ਆਪਾਂ ਕੀ ਆਵਾਜ਼ ਨਹੀਂ ਕੱਢ ਰਹੀ, ਕਿਉਂਕਿ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਰਕਾਰੀ ਪੱਧਰ ਦੇ ਉੱਤੇ ਇਹ ਗੱਲ ਜ਼ੋਰ ਪਾਇਆ ਜਾ ਰਿਹਾ ਕਿ ਇਸ ਮਾਮਲੇ ਨੂੰ ਠੰਡਾ ਰੱਖਿਆ ਜਾਵੇ, 15 ਅਗਸਤ ਤੱਕ ਇਸ ਮਾਮਲੇ ਨੂੰ ਨਾ ਉਭਾਰਿਆ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਸਹਿਮ ਵਾਲੀ ਸਥਿਤੀ ਪੈਦਾ ਹੋਵੇ। ਪਰ ਗੱਲ ਸਾਹਮਣੇ ਆ ਗਈ ਹੈ, ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਢੰਗ ਦੇ ਨਾਲ ਇਹ ਦੋਵੇਂ ਵਿਅਕਤੀਆਂ ਨੇ ਰਾਤ ਕਿਹਾ ਕਿ ਉਹ ਸੀਐਮ ਹਾਊਸ ਦੇ ਵਿੱਚੋਂ ਆਏ ਨੇ, ਕਿ ਸੀਐਮ ਹਾਊਸ ਦੇ ਵਿੱਚ ਇਹ ਵਿਅਕਤੀ ਜਿਹੜੇ ਸਾਡੇ ਪੰਜਾਬ ਦੇ ਡਿਪਟੀ ਸੀਐਮ ਤੇ ਸੀਐਮ ਜਿਨ੍ਹਾਂ ਦੀ ਸਿਕਿਉਰਿਟੀ ਬਲੂ ਬੁੱਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਐਕਸ ਜਿਹੜੀ ਜ਼ੈਡ ਪਲੱਸ ਸਿਕਿਉਰਿਟੀ ਜਿਹੜੀ ਉਹਨਾਂ ਦੇ ਕੋਲ ਹੈਗੀ ਹੈ, NSG ਕਮਾਂਡੋ ਲੱਗੇ ਹੋਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਜੇਕਰ ਅਜਿਹੇ ਵਿਅਕਤੀ ਉਨ੍ਹਾਂ ਦੇ ਸੁਰੱਖਿਆ ਘੇਰੇ ਦੇ ਵਿੱਚ ਜਾਂਦੇ ਨੇ, ਸੀਐਮ ਹਾਊਸ ਤੱਕ ਜਾਣ ਦੀਆਂ ਗੱਲਾਂ ਕਰਦੇ ਨੇ, ਤਾਂ ਇਨ੍ਹਾਂ ਦੇ ਕਨੈਕਸ਼ਨ ਜਿਹੜੇ ਨੇ ਉਹ ਲੱਭਣੇ ਬਹੁਤ ਜ਼ਰੂਰੀ ਨੇ। ਸਾਰੇ ਮਾਮਲੇ ਦੇ ਉੱਤੇ ਪੁਲਿਸ ਜੁਟੀ ਹੋਈ ਹੈ, ਇਸ ਦੇ ਉੱਤੇ ਤੁਹਾਨੂੰ ਥੋੜੀ ਦੇਰ ਬਾਅਦ ਅਪਡੇਟ ਦੇਵਾਂਗੇ ਅਸੀਂ, ਪਰ ਹੁਣ ਇਸ ਵਕਤ ਚੱਲਦੇ ਜੀ ਕਪੂਰਥਲੇ, ਜਿੱਥੇ ਅਧਿਕਾਰੀ ਜਿਹੜੇ ਜੀ ਤੁਹਾਨੂੰ ਇੱਕ ਆਪਾਂ ਖਬਰ ਜਿਹੜੀ ਦੇ ਰਹੇ ਹਾਂ ਕਿ ਜੋ ਕਾਰ ਬਰਾਮਦ ਹੋਈ ਹੈ ਜੀ ਉਹਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਜੋ ਆ ਰਹੀਆਂ ਸਾਡੇ ਕੋਲ ਚਰਚਾਵਾਂ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਧਮਾਕਾ ਕੇਸ ਸਮੱਗਰੀ ਰੱਖਣ ਦੇ ਦਾ ਕੇਸ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ। ਹੁਣ ਅਣਪਛਾਤਿਆਂ ਤੇ ਕਿਉਂ ਹੋ ਰਿਹਾ ਇਹ ਆਪਣੇ ਆਪ ਇੱਕ ਚਰਚਾ ਦਾ ਵਿਸ਼ਾ, ਕਿਉਂਕਿ ਸਿੱਧੇ ਤੌਰ ਦੇ ਉੱਤੇ ਅਸੀਂ ਕਾਰ ਚਾਲਕਾਂ ਦਾ ਜਿਹੜਾ ਨਾਂ ਲੈ ਚੁੱਕੇ ਹਾਂ ਜੀ। ਸੋ ਹੁਣ ਗੀਤ ਤੇ ਗੀਤ ਜਿਹੜਾ ਹੈ ਕੀ ਖਾਸ ਤੁਹਾਨੂੰ ਉਭਰ ਕੇ ਸਾਹਮਣੇ ਆ ਰਿਹਾ ਜਿਸ ਢੰਗ ਦੇ ਨਾਲ ਆਪਾਂ ਗੱਲਬਾਤ ਕਰੀਏ। ਪਹਿਲਾਂ ਤੁਸੀਂ ਆਖਿਆ ਕਿ ਵਿਅਕਤੀ ਜਿਹੜੇ ਨੇ ਸਰਕਟ ਹਾਊਸ ਦੇ ਵਿੱਚ ਠਹਿਰੇ, ਬੜੀ ਅਹਿਮ ਖਬਰ ਤੁਸੀਂ ਸਾਂਝੀ ਕੀਤੀ ਕੁਲਵਿੰਦਰ ਸਿੰਘ ਤੇ ਦੋਨੇ ਭਰਾ ਲਖਵਿੰਦਰ ਸਿੰਘ, ਹੁਣ ਕੀ ਜਿਹੜਾ ਜੀ ਪੁਲਿਸ ਕਿੱਧਰ ਨੂੰ ਜਿਹੜਾ ਹੈ ਸੱਪ ਦੀ ਲੀਹ ਕੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜੀ? ਦੇਖੋ ਗੱਲ ਇਹ ਹੈ ਦਨੇਰੀਆ ਸਾਹਿਬ, ਜੋ ਮੇਰੀ ਇਤਲਾਹ ਹੈ, ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਉਪਰੋਂ ਇਹ ਹਦਾਇਤਾਂ ਹੋ ਚੁੱਕੀਆਂ ਕਿ ਇਸ ਮਾਮਲੇ ਨੂੰ ਲੋਅ ਪ੍ਰੋਫਾਈਲ ਰੱਖਿਆ ਜਾਵੇ ਜੀ, ਤੇ ਲੋ ਪ੍ਰੋਫਾਈਲ ਰੱਖਣ ਵਾਸਤੇ ਯਤਨ ਜਿਹੜੇ ਹੈਗੇ ਸ਼ੁਰੂ ਹੋ ਗਏ ਆ। ਸੀਨੀਅਰ ਪੁਲਿਸ ਅਫਸਰ ਜਿਹੜੇ ਹੈਗੇ ਉਹ ਸਾਰੇ ਆਪੋ ਆਪਣੇ ਥਾਵਾਂ ਨੂੰ ਚਲੇ ਗਏ ਆ, ਕੋਈ ਬੰਦਾ ਕਿਤੇ ਗੱਲ ਕਰਨ ਨੂੰ ਤਿਆਰ ਨਹੀਂ। ਤੇ ਸਾਨੂੰ ਜਿਹੜੀ ਮੈਨੂੰ ਜਿਹੜਾ ਖਦਸ਼ਾ ਹੈ ਇਨਫੋਰਮੇਸ਼ਨ ਹੈ, ਕਿਉਂਕਿ ਇਹਦਾ ਜਿਹੜਾ ਨਾ ਰਾਜਨੀਤਿਕ ਤੌਰ ਦੇ ਉੱਤੇ ਬੜੇ ਭਿਆਨਕ ਰਿਜ਼ਲਟ ਸਾਹਮਣੇ ਆਉਣੇ ਸੀ ਬਾਦਲ ਪਰਿਵਾਰ ਵਾਸਤੇ ਜੀ, ਇਸ ਵਾਸਤੇ ਉੱਪਰ ਮੇਰੀਆਂ ਹਦਾਇਤਾਂ ਇਹ ਹੈ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਇਸ ਮਾਮਲੇ ਨੂੰ ਨਿਪਟਾਇਆ ਜਾਵੇ ਜੀ। ਕਾਰਨ ਇਹ ਹੈ ਜੀ, ਹੁਣ ਆਪਾਂ ਦੇਖੀਏ ਵੀ ਜਦੋਂ ਇਹ ਮਾਮਲਾ ਉੱਪਰ ਜਾਣਾ ਜੀ, ਜਦੋਂ ਦਿੱਲੀ ਵਾਲਿਆਂ ਦੇ ਧਿਆਨ ਦੇ ਵਿੱਚ ਆਉਣਾ ਤੇ ਦਿੱਲੀ ਵਾਲਿਆਂ ਨੇ ਜ਼ਰੂਰ ਇਹ ਗੱਲ ਕਹਿਣੀ ਹੈ ਕਿ ਤੁਸੀਂ ਪੰਥਕ ਏਜੰਡਾ ਜਿਹੜਾ ਤੁਹਾਡਾ ਕਦੇ ਵੀ ਨਹੀਂ ਰਿਹਾ, ਲੰਬੇ ਸਮੇਂ ਤੋਂ ਦੱਸੋ ਪੰਥਕ ਏਜੰਡੇ ਨੂੰ ਤਿਆਗਤਾ ਸੀਗਾ ਜੀ, ਉਹ ਪੰਥਕ ਏਜੰਡਾ ਤੁਸੀਂ ਅਪਣਾਇਆ ਤਾਂ ਇਸ ਕਿਸਮ ਦੀਆਂ ਮਤਲਬ ਇਹਦੀਆਂ ਵਾਰਦਾਤਾਂ ਹੋ ਰਹੀਆਂ। ਇਹ ਵੀ ਗੱਲ ਹੋ ਸਕਦੀ ਹੈ ਜੀ ਕਿ ਜਿਵੇਂ BJP ਦੇ ਨਾਲ ਥੋੜੇ ਜਿਹੇ ਇਹਨਾਂ ਦੇ ਰਿਲੇਸ਼ਨ ਖਰਾਬ ਹੋਏ ਹੈ ਜੀ, ਤਾਂ ਮੈਂ ਆਪਾਂ ਕੋਈ ਇਸ ਨਾ ਤਾਂ ਭਵਿੱਖਬਾਣੀ ਕਰ ਸਕਦੇ ਹਾਂ, ਨਾ ਹੀ ਆਪਾਂ ਇਹ ਇਲਜ਼ਾਮ ਲਾ ਸਕਦੇ ਹਾਂ ਵੀ ਇਹ ਸ਼ਾਇਦ ਅਕਾਲੀ ਦਲ ਨੇ ਆਪ ਹੀ ਆਪ ਕਰਵਾਇਆ ਹੋਵੇ, ਇਹ ਗੱਲ ਤਾਂ ਨਹੀਂ ਹੈ ਜੀ। ਲੇਕਿਨ ਜਦੋਂ BJP ਦੇ ਨਾਲ ਸੰਬੰਧ ਚੰਗੇ ਨਾ ਹੋਣ ਤਾਂ BJP ਵਾਲੇ ਜ਼ਰੂਰ ਇਸ ਗੱਲ ਨੂੰ ਇਹ ਕਹਿ ਸਕਦੇ ਹੈ ਜੀ ਕਿ ਤੁਸੀਂ ਇਹ ਜਿਹੜਾ ਹੈਗਾ ਇਹ ਜਿਹੜੀ ਪੰਜਾਬ ਦੇ ਅਮਨ ਨੂੰ ਪਲੀਤਾ ਖੁਦ ਅਕਾਲੀ ਦਲ ਲਵਾ ਰਿਹਾ ਤਾਂ ਕਿ ਇੱਥੇ ਜਿਹੜਾ ਹੈਗਾ ਧਰੁਵੀਕਰਨ ਕੀਤਾ ਜਾਵੇ ਜੀ। ਉਸ ਧਰੁਵੀਕਰਨ ਦੇ ਵਿੱਚੋਂ ਜਿਹੜੇ ਹੈਗੇ ਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਸਿੱਖ ਬਹੁ ਗਿਣਤੀ ਹੈ ਔਰ ਹਿੰਦੂ ਹੈ ਜਿਹੜੇ ਘੱਟ ਗਿਣਤੀ ਚ ਹੈ ਜੀ, ਉਸ ਹਿਸਾਬ ਦੇ ਨਾਲ ਜੇ BJP ਨਾਲ ਤੋੜ ਵਿਛੋੜਾ ਹੁੰਦਾ ਹੈ ਤਾਂ ਫਿਰ ਇਹ ਮੰਨਿਆ ਜਾ ਸਕਦਾ ਵੀ ਜਿਹੜੀਆਂ ਘਟਨਾਵਾਂ ਦੇ ਨਾਲ ਸਿੱਖਾਂ ਨੂੰ ਲਾਮਬੰਦ ਕੀਤਾ ਜਾ ਸਕਦਾ ਅਕਾਲੀ ਦਲ ਦੇ ਮਗਰ, ਔਰ ਇਹਦਾ ਨੋਟਿਸ ਜ਼ਰੂਰ ਹਾਈਕਮਾਂਡ ਲੈ ਸਕਦੀ ਹੈ, ਇਹੀ ਜਿਹੜੀ BJP ਦੀ ਹਾਈਕਮਾਂਡ ਹੈ ਜਾਂ ਕੇਂਦਰ ਸਰਕਾਰ ਹੈ ਜੀ, ਇਹੀ ਕਾਰਨ ਹੈ ਕਿ ਇਸ ਮਾਮਲੇ ਨੂੰ ਲੋਅ ਪ੍ਰੋਫਾਈਲ ਕੀਤਾ ਜਾਣ ਵਾਸਤੇ ਹਦਾਇਤਾਂ ਇੱਕ ਕਿਸਮ ਦੀਆਂ ਹੋ ਗਈਆਂ ਅੰਦਰ ਖਾਤੇ ਜੀ। ਸੋ ਆਪਣੇ ਨਾਲ ਇੱਕ ਕਾਲਰ ਜੁੜ ਗਏ ਨੇ, ਕਾਲਰਸ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਜੀ ਕਿ ਆਮ ਲੋਕ ਕਿੰਨੇ ਕੁ ਸੁਰੱਖਿਅਤ ਨੇ ਪੰਜਾਬ ਦੇ ਵਿੱਚ, ਇੰਨੀ ਵੱਡੇ ਪੱਧਰ ਦੇ ਉੱਤੇ 15 ਅਗਸਤ ਨੂੰ ਲੈ ਕੇ ਸਾਰਾ ਪੰਜਾਬ ਛਾਉਣੀ ਬਣਾ ਦਿੱਤਾ ਗਿਆ ਹੈ, ਥਾਂ ਥਾਂ ਤੇ ਨਾਕੇ ਲਾ ਦਿੱਤੇ ਨੇ, ਇੱਕ ਗੱਡੀ ਆਉਂਦੀ ਹੈ ਗੱਡੀ ਪਲਟ ਜਾਂਦੀ ਹੈ ਉਸ ਦੇ ਵਿੱਚੋਂ ਇੱਕ ਹੋਰ ਅਧਿਕਾਰੀ ਇਹ ਡੈਟੋਨੇਟਰ ਲੱਭਦਾ ਪੁਲਿਸ ਨੂੰ ਦੱਸਦਾ, ਪੁਲਿਸ ਦੀ ਸੰਜੀਦਗੀ ਦੇ ਉੱਤੇ ਕੀ ਕਹਾਂਗੇ, ਕਿੱਧਰ ਨੂੰ ਗੱਲ ਜਾ ਰਹੀ ਹੈ, ਲੋਕਾਂ ਦੀ ਸੁਰੱਖਿਆ ਦੀ ਗੱਲ ਕਿੱਧਰ ਨੂੰ ਜਾ ਰਹੀ ਹੈ? ਦੇਖੋ ਸੰਜੀਦਗੀ ਦੀ ਗੱਲ ਤਾਂ ਇਸ ਗੱਲ ਤੇ ਹੋ ਸਕਦੀ ਹੈ ਵੀ ਰਾਤ 9:30 ਦਾ ਹਾਦਸਾ ਹੋਇਆ ਜੀ, ਨਿਜ਼ਮਾਂ ਦੇ ਮੁਤਾਬਕ ਇਹ ਵੀ ਜਦੋਂ ਵੀ GT ਰੋਡ ਦੇ ਉੱਤੇ ਹਾਦਸਾ ਹੁੰਦਾ ਹੈ ਸਾਡੀਆਂ ਰੇਂਜ ਦੀ ਵੀ ਇੱਕ ਫੋਰਸ ਬਣੀ ਹੋਈ ਹੈ, ਇੱਕ ਸਾਡੀ ਜ਼ੋਨ ਦੀ ਫੋਰਸ ਬਣੀ ਹੋਈ ਹੈ, ਇੱਕ ਜ਼ਿਲ੍ਹੇ ਦੀ ਫੋਰਸ ਬਣੀ ਹੋਈ ਹੈ ਜੀ, ਜਿਨ੍ਹਾਂ ਫੋਰਸਿਸ ਨੇ ਦੇਖਣਾ ਹੁੰਦਾ ਹੈ ਵੀ ਰਸਤੇ ਦੇ ਵਿੱਚ ਜਿੱਥੇ ਕਿਤੇ ਰੁਕਾਵਟ ਪਾਉਂਦੀ ਹੈ ਆਪਾਂ ਰਸਤਾ ਸਾਫ਼ ਕਰੀਏ ਜੀ।
ਇਹਦਾ ਮਤਲਬ ਹੈ ਜੀ 9:30 ਦਾ ਰਾਤ ਦਾ ਹਾਦਸਾ ਹੋਇਆ ਤੇ ਸਵੇਰ ਵੇਲੇ ਜਿੰਨੀ ਦੇਰ ਤੱਕ ਕਰਨਲ ਸਾਹਿਬ ਨਹੀਂ ਆਏ, ਚੀਫ ਸਿਕਿਉਰਿਟੀ ਅਫਸਰ, ਉਨੀ ਦੇਰ ਤੱਕ ਕਿਸੇ ਨੇ ਨੋਟਿਸ ਹੀ ਨਹੀਂ ਲਿਆ ਜੀ। ਅਗਲੀ ਗੱਲ, ਕਰਨਲ ਸਾਹਿਬ ਨੇ ਜਦੋਂ ਤੜਕੇ ਅਰਲੀ ਇਨ ਦੀ ਮਾਰਨਿੰਗ ਦੱਸ ਦਿੱਤਾ ਹੈ ਪੁਲਿਸ ਨੂੰ ਵੀ ਆਹ ਗੱਲ ਹੋ ਗਈ ਜੀ, ਤੇ ਪੁਲਿਸ ਨੇ 1:00 ਤੱਕ, ਤੁਸੀਂ ਖੁਦ ਮੌਕੇ ਤੇ ਜਾ ਕੇ, ਕੁਛ ਹੋਰ ਪੱਤਰਕਾਰ ਵੀ ਜਾ ਕੇ, 1:00 ਤੱਕ ਪੁਲਿਸ ਨੇ ਕੋਈ ਹਰਕਤ ਹੀ ਨਹੀਂ ਸੀ ਕੀਤੀ। ਬਿਲਕੁਲ ਜੀ, ਇੱਥੋਂ ਸਿੱਧਾ ਅੰਦਾਜ਼ਾ ਲੱਗ ਸਕਦਾ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਜਾਨ ਮਾਲ ਕਿੰਨੀ ਸੁਰੱਖਿਅਤ ਹੈ ਜੀ। ਦੇਖੋ ਆਮ ਲੋਕਾਂ ਦੀ, ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਸ ਵੇਲੇ ਦੀ ਹਾਲਤ ਇਹ ਹੈ ਜਿਹੜੀ ਪੰਜਾਬ ਦੀ, ਪੰਜਾਬ ਦੇ ਵਿੱਚ ਜੀ ਕਾਨੂੰਨੀ ਮਸ਼ੀਨਰੀ ਨਾਂ ਦੀ ਕੋਈ ਚੀਜ਼ ਨਹੀਂ ਰਹੀ ਜੀ। ਕਾਨੂੰਨੀ ਜਿਹੜੀ ਮਸ਼ੀਨਰੀ ਹੈ, ਕਾਨੂੰਨੀ ਮਸ਼ੀਨਰੀ ਕਿਸਮ ਦੀ ਅਪਾਹਜ ਬਣ ਚੁੱਕੀ ਹੈ। ਉਹਦੇ ਹੱਕ ਤੋਂ ਲਈ ਕੱਖ ਨਹੀਂ, ਹਰ ਫੈਸਲਾ ਜਿਹੜਾ ਹੈਗਾ, ਹਰ ਜੋ ਹੈਗਾ ਹੁਕਮ ਹੈ ਜੀ, ਉਹ ਸਿਰਫ ਤੇ ਸਿਰਫ ਇੱਕ ਵਿਸ਼ੇਸ਼ ਪਾਰਟੀ ਵੱਲੋਂ ਹੁੰਦਾ ਹੈ, ਵਿਸ਼ੇਸ਼ ਪਾਰਟੀ ਦੇ ਲੀਡਰਾਂ ਵੱਲੋਂ ਹੁੰਦਾ ਹੈ। ਉਹਨਾਂ ਪ੍ਰੋਸੀਜਰਾਂ ਦੇ ਵਿੱਚ ਜੇ ਆਪਾਂ ਕਹਿ ਦਈਏ ਪੁਲਿਸ ਕਰ ਵੀ ਕੀ ਸਕਦੀ ਹੈ ਜੀ। ਵੈਸੇ ਢਿੱਲੋਂ ਸਾਹਿਬ ਇੱਕ ਗੱਲ ਬੜੀ ਅਹਿਮ ਇਹ ਵੀ ਨਜ਼ਰ ਆਉਂਦੀ ਹੈ ਕਿ ਦੀਨਾ ਨਗਰ ਕਾਂਡ ਤੋਂ ਬਾਅਦ ਜਿਸ ਢੰਗ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਪੁਲਿਸ ਦੀ ਪਿੱਠ ਥੱਪ ਥਪਾ ਕੇ ਗੱਲ ਕਹੀ ਸੀ ਕਿ ਪੰਜਾਬ ਪੁਲਿਸ ਬੜੀ ਸਮਰੱਥ ਹੈ ਇਹਨਾਂ ਮਾਮਲਿਆਂ ਨੂੰ ਲੈ ਕੇ, ਉਹ ਡੈਟੋਨੇਟਰ ਪਛਾਣ ਕਰਨ ਦੇ ਵਿੱਚ ਕਈ ਘੰਟਿਆਂ ਦਾ ਸਮਾਂ ਲੈ ਗਈ, ਉਹਨਾਂ ਨੂੰ ਪਹਿਲਾਂ ਇਹ ਹੀ ਨਹੀਂ ਪਤਾ ਚੱਲਿਆ ਕਿ ਡੈਟੋਨੇਟਰ ਨੇ ਪਹਿਲਾਂ ਮਰੂਤੀ ਵਾਲਿਆਂ ਦੇ ਸ਼ੋਰੂਮ ਜਾਂਦੇ ਆ, ਉਹਨਾਂ ਦੀ ਵਰਕਸ਼ਾਪ ਜਾਂਦੇ ਆ, ਉਥੋਂ ਪਤਾ ਕਢਾਉਂਦੇ ਆ ਕਿ ਇਹ ਤੁਹਾਡਾ ਕੋਈ ਪਾਰਟ ਤਾਂ ਨਹੀਂ। ਹੈਰਾਨੀ ਦੀ ਗੱਲ ਹੈ ਕਿ ਆਪਦੀ ਐਫੀਸੈਂਸੀ ਖੋ ਚੁੱਕੀ ਹੈ। ਜੇਕਰ ਉਹ ਡੈਟੋਨੇਟਰ ਜੇਕਰ ਆਰਮੀ ਦੇ ਲੋਕ ਨਾ ਆਉਂਦੇ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਕਈ ਹਫ਼ਤੇ ਲੱਗ ਜਾਣੇ ਸੀ ਇਸ ਚੀਜ਼ ਨੂੰ ਪਤਾ ਕਰਦਿਆਂ ਨੂੰ। ਨਹੀਂ, ਉਹਦਾ ਅਜੇ ਤੱਕ ਵੀ ਆਰਮੀ ਦੇ ਲੋਕ, ਜਿਹੜੀ ਪਹਿਲੀ ਸਭ ਤੋਂ ਪਹਿਲੀ ਗੱਲ ਕਹਿ ਜਿਹੜੇ ਮਿਸਟਰ ਰਾਏ ਹੈ, ਉਹ ਖੁਦ ਕਰਨਲ ਐਸਲ ਚਾਹੀਦਾ ਜੀ ਜੀ। ਉਹਨਾਂ ਨੇ ਜਿਹੜਾ ਬਹੁਤ ਉਹਨਾਂ ਥਾਵਾਂ ਦੇ ਉੱਤੇ ਕੰਮ ਕੀਤਾ ਜਿੱਥੇ ਮਤਲਬ ਜਿਹੜੀ ਇਨਸਰਜੈਂਸੀ ਹੈਗੀ ਆ, ਅੱਤਵਾਦ ਦਾ ਜਗਾੜ ਹੈਗਾ, ਉਹਨਾਂ ਨੂੰ ਪਤਾ ਸੀ। ਉਹਨਾਂ ਨੇ ਦੇਖਦਾ ਸਾਰੀ ਕਹਿਤਾ ਕਿ ਮੈਨੂੰ ਇਹ ਚੀਜ਼ ਜਿਹੜੀ ਹੈਗੀ ਆ ਉਹ ਲੱਗਦੀ ਹੈ ਡੈਟੋਨੇਟਰ ਹੈ। ਹਾਂਜੀ, ਉਹ ਤੋਂ ਬਾਅਦ ਵੀ ਪੁਲਿਸ ਨੂੰ ਤਸੱਲੀ ਨਹੀਂ ਹੋਈ। ਫਿਰ ਰੋਜ਼ ਆਪਾਂ ਕਹਿ ਸਕਦੇ ਬਠਿੰਡੇ ਦੇ ਵਿੱਚ ਇੱਕ ਅਜਿਹਾ ਯੂਨਿਟ ਬੈਠਾ ਹੈ ਜਿਹੜਾ ਬੰਬ ਧਮਾਕਿਆਂ ਦਾ ਮਾਰ ਹੈ, ਕਿਉਂਕਿ ਇਹ ਯੂਨਿਟ ਜਿਹੜਾ ਬਠਿੰਡੇ ਵਾਲਾ ਹੈ, ਇਹ ਬਾਦਲ ਪਰਿਵਾਰ ਦੀ ਰਾਖੀ ਵਾਸਤੇ ਉਹਨਾਂ ਨੂੰ ਸਪੈਸ਼ਲ ਤੌਰ ਤੇ ਇੱਥੇ ਲਾਇਆ ਹੋਇਆ ਵੀ ਜਦੋਂ ਵੀ ਕਦੋਂ ਬਾਦਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਆਉਂਦਾ ਹੈ, ਹਾਂਜੀ, ਉਹਨਾਂ ਨੂੰ ਦੇਖਣਾ, ਹਵਾਈ ਜਿਹੜੀ ਹੈਗੀ ਉਹਨਾਂ ਦਾ ਹੈਲੀਕਾਪਟਰ ਵਾਲਾ ਪਾਸਾ ਵੀ ਦੇਖਣਾ, ਪਾਸੇ ਅਸੀਂ ਕਿਤੇ ਕੋਈ ਬੰਬ ਪਲਾਂਟ ਨਾ ਕੀਤਾ ਹੋਵੇ, ਇਹ ਵੀ ਦੇਖਣਾ ਹੈ ਜੀ। ਉਹ ਯੂਨਿਟ ਵੀ ਮੌਕੇ ਤੇ ਜਾ ਕੇ ਜੇ ਉਹ ਯੂਨਿਟ ਵੀ ਡਿਟੈਕਟ ਨਹੀਂ ਕਰ ਸਕੀ ਜੀ, ਤੇ ਸ਼ਾਮ ਦੇ ਟਾਈਮ ਫਿਰ ਬਿਲਕੁਲ ਜਮਾਂ ਐਂਡ ਦੇ ਉੱਤੇ ਆਰਮੀ ਨੂੰ ਬੁਲਾਇਆ ਗਿਆ ਜੀ। ਆਰਮੀ ਦੀ ਇੰਜੀਨੀਅਰਿੰਗ ਤੇ ਜਿਹੜੀ ਹੈਗੀ ਹੈ ਤੁਹਾਡੀ ਜੀ ਆਰਡੀਨੈਂਸ ਕੋਰ ਦੇ ਦੋ ਮੇਜਰ ਆਏ ਉੱਥੇ ਮੌਕੇ ਤੇ, ਉਹ ਮੇਜਰ ਸਾਡੇ ਖੜੇ ਵੇਖ ਕਿਉਂਕਿ ਹੁਣ ਇੱਥੋਂ ਆ ਗਿਆ, ਉਸ ਵੇਲੇ ਤਾਂ ਕੋਈ ਖੜੇ ਸੀ ਅੰਦਰ ਜੀ, ਉਹ ਦੇਖ ਰਹੇ ਸੀ ਵੀ ਇਹ ਚੀਜ਼ ਕੀ ਹੈ। ਬਿਲਕੁਲ ਜੀ, ਸਾਡੇ ਇੱਕ ਕਾਲਰ ਹੋਰ ਆ ਗਏ ਨੇ ਜੀ, ਆਪਾਂ ਉਹਨਾਂ ਦੀ ਗੱਲ ਸੁਣ ਕੇ ਫਿਰ ਗੱਲ ਸਮਾਪਤੀ ਵੱਲ ਜਾਂਦੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਜਿਹੜੇ ਹੈਗੇ ਉਹ ਇੰਨੇ ਸੁਚੇਤ ਹੈਗੇ ਆ ਜੀ ਕਿ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਇਹਦੇ ਤੋਂ ਜਾਣੂ ਹੈ ਜੀ। ਇਹਦੇ ਤੇ ਆਪਦੀ ਟਿਕਟ ਨਹੀਂ ਕਰਦੇ, ਬਹੁਤ ਸੋਹਣੀ ਗੱਲ ਹੈ, ਚੰਗੀ ਗੱਲ ਹੈ ਸਾਡੇ ਆਪਣੇ ਆਪ ਦੇ, ਉਹਨਾਂ ਨੂੰ ਵੀ ਜੇ ਪੰਜਾਬ ਚ ਅੱਗ ਲੱਗਣੀ ਹੈ ਤਾਂ ਇਸ ਅੱਗ ਦਾ ਸੇਕ ਸਾਡੇ ਇਹਨਾਂ ਮਿੱਤਰਾਂ ਤੱਕ ਵੀ ਪਹੁੰਚਣਾ, ਕਿਉਂਕਿ ਭੈਣ ਭਰਾ ਤਾਂ ਉਹਨਾਂ ਦੇ ਇੱਥੇ ਬੈਠੇ ਹੈ ਨਾ, ਇੱਥੇ ਬੈਠੇ ਜੀ ਜੀ। ਉਹਨਾਂ ਦਾ ਚਿੰਤਤ ਹੋਣਾ ਕੁਦਰਤੀ ਹੈ ਜੀ। ਬਿਲਕੁਲ ਢਿੱਲੋਂ ਸਾਹਿਬ, ਜੇਕਰ ਤੁਸੀਂ ਗੱਲ ਇਹ ਕਿ ਇਸ ਮਾਮਲੇ ਨੂੰ ਜਿਹੜਾ ਠੰਡਾ ਕੀਤਾ ਜਾ ਰਿਹਾ, ਪਰ ਕੇਂਦਰ ਕੋਲੇ ਗੱਲਾਂ ਤਾਂ ਪਹੁੰਚ ਗਈਆਂ, ਮਿਲਟਰੀ ਇੰਟੈਲੀਜੈਂਸ ਆ ਗਈ ਹੈ, ਇੰਟੈਲੀਜੈਂਸ ਬਿਊਰੋ ਆ ਗਿਆ, ਰਾਹ ਦੇ ਲੋਕ ਆ ਗਏ ਨੇ, ਬੜਾ ਜੇਕਰ ਆਖੀਏ ਤਾਂ ਮੈਂ ਕਹਿ ਸਕਦਾ ਕਿ ਇੰਨੇ ਤਾਂ ਅੱਤਵਾਦ ਵੇਲੇ ਨੀ ਇੰਨੀਆਂ ਏਜੰਸੀਆਂ ਇਕੱਠੀਆਂ ਹੋਈਆਂ ਜਿੰਨੀਆਂ ਅੱਜ ਬਠਿੰਡੇ ਦੇ ਵਿੱਚ ਇਕੱਠੀਆਂ ਹੋ ਗਈਆਂ ਖੁਫੀਆ ਏਜੰਸੀਆਂ। ਸਵਾਲ ਇਹੀ ਖੜਾ ਹੁੰਦਾ ਨਾ ਵੀ ਇਹਨੂੰ ਇੱਕ ਪਾਸੇ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੂਜਾ ਮੇਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਹੈਗਾ ਖਦਸ਼ਾ ਉਹ ਇਹ ਹੈ ਜੀ ਕਿ ਜੇ ਇਹ ਗੱਲ ਛੋਟੀ ਹੈ ਜੀ ਤਾਂ ਮਿਸਟਰ ਰੋਹਿਤ ਚੌਧਰੀ ਜਿਹੜੇ ADGP ਲਾਇਲਡ ਹੈ ਜੀ, ਉਹ ਚੰਡੀਗੜ੍ਹ ਤੋਂ ਬਠਿੰਡੇ ਮਤਲਬ 6:30 ਪਹੁੰਚਦੇ ਦਾ ਮਤਲਬ ਘੱਟੋ ਘੱਟ 2:00 ਚੱਲੇ ਜੀ, ਉਹ ਘੱਟੋ ਘੱਟ 2:00 ਚੱਲੇ ਜੀ, 2:00 ਉਹ ਚੱਲਦੇ ਹੈ, ਇਹਨੂੰ ਦੇਖ ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿ ਮਾਮਲਾ ਕਿੰਨਾ ਗੰਭੀਰ ਹੈ ਜੀ ਜੀ ਜੀ। ਹਾਂਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਢਿੱਲੋਂ ਸਾਹਿਬ ਸ਼ੁਕਰੀਆ ਜੀ, ਮਿਹਰਬਾਨੀ ਜੀ। ਇਹ ਸਨ ਜੀ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਵਾਕਿਆ ਮਾਮਲੇ ਨੂੰ ਜਿਹੜਾ ਹੈ ਜੀ, ਮਾਮਲੇ ਦੇ ਜਿਹੜਾ ਆਪਾਂ ਥ੍ਰਸਟ ਕਹਿ ਸਕਦੇ ਹਾਂ ਜਾਂ ਮਾਮਲੇ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਕਿੰਨੀ ਕੁ ਜਿਹੜਾ ਹੈ ਇਹ ਕਿੱਧਰ ਨੂੰ ਜਾ ਸਕਦਾ, ਕਿਵੇਂ ਜਾ ਸਕਦਾ, ਉਸ ਦੇ ਉੱਤੇ ਹਜੇ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਨਾ ਪ੍ਰੈਸ ਨੋਟ ਨਾ ਕਿਸੇ ਪ੍ਰਕਾਰ ਦਾ ਬਿਆਨ ਹਜੇ ਤੱਕ ਨਹੀਂ ਆਇਆ। ਆਲੇ ਦੁਆਲੇ ਤੋਂ ਸਾਡੇ ਕੋਲ ਜੋ ਖਬਰਾਂ ਪਹੁੰਚੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਗਈਆਂ ਨੇ। ਗੱਲ ਇਹ ਆ ਗਈ ਕਿ ਇਹ 10 ਡੈਟੋਨੇਟਰ ਕਿੱਥੋਂ ਤੇ ਕਿਵੇਂ ਆਏ, ਇਹਦੇ ਉੱਤੇ ਆਪਣੇ ਆਪ ਇੱਕ ਬਹੁਤ ਵੱਡਾ ਇਹ ਮਸਲਾ ਬਣਿਆ ਹੋਇਆ। ਸਾਡੇ ਨਾਲ ਲਗਾਤਾਰ ਕਾਲਰ ਜੁੜ ਰਹੇ ਨੇ, ਅਸੀਂ ਉਹਨਾਂ ਦੀ ਗੱਲ ਤੁਹਾਡੇ ਤੱਕ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰੋਕ ਸਿੰਘ ਤੇ ਲਖਵਿੰਦਰ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੇ, ਜਿਹੜਾ ਜੀ ਪੁਲਿਸ ਤੇ ਦੋਸ਼ ਲਾਏ ਨੇ ਕਿ ਪੁਲਿਸ ਕੋਈ ਸਾਜਿਸ਼ ਰਚ ਰਹੀ ਹੈ।
उसने दसिया कि उसका भरा चंडीगढ़ सीएम सरदार प्रकाश सिंह बादल नूं उन्हां दी उत्थे रिहायश ते मिलन गए सी ते मिलन तो बाद ओ कुछ समा मलोट दे विधायक हरप्रीत सिंह कोल ठहरे ते वापसी ते ए हादसा वापर गया है। सो कुल मिला के ओ कहंदे ने कि उन्हां ने ए भी कहा कि पुलिस जानबुझ के उसके भरावां नूं फसा रही है क्योंकि 15 अगस्त नूं बठिंडा सुखबीर बादल ने झंडा लहराउणगे ते पुलिस उन्हां तों शबाशी हासिल करना चाहुंदी है। उन्होंने प्रेस नाल गलबात करदे ए भी कहा कि उसके भरावां नूं 15 अगस्त नूं सन्मानित भी किया जाना सी क्योंकि उन्हां दा पिंड नेड़े मच्छी पालन का बहुत वधिया धंधा है। सो गल कुल मिला के ए गल किधर नूं जा रही है, पुलिस किधर आ गई। जेकर बयान आपां गलबात करिए साबका सरपंच दे बयान भरा दे बयान की गल करिए परमिंदर सिंह दी, असीं कोशिश करांगे कि उन्हां नाल भी गलबात हो जाए। पर गल आ गई कि जड़े डेटोनेटर ने वह गड्डी चो बरामद हुए ने, लोगों ने देखे पुलिस उत्ते कित्थे प्लांट कर गई। सो कुल मिला के गल कह सकते हैं कि कहिंदे मच्छी पालन का बहुत वधिया साडा धंधा सी ते सानू 15 अगस्त नूं सन्मान भी करना सी ते पुलिस जिहड़ी है जी वह शबाशी लैण दे लई साडे भरावां नूं पसा रही है। गल तुसीं खुद अकाली दल सरकार तुहाडी तुसीं श्रोमणी अकाली दल दे जिहड़े प्रधान ने उन्हां दे जद्दी हलके दे विचों तुसीं मौजूद हो ते हुण इह बयान जिहड़ा जी तुहाडे कन्नी ओह इह जारी करके तुसीं की सबूत देना चाहुंदे हो।